ਸਤਿ ਸ਼੍ਰੀ ਅਕਾਲ ਦਾਨ ਨਿਊਜ਼ ਵੇਖ ਰਹੇ ਹੋ ਤੁਸੀਂ, ਮੈਂ ਹਾਂ ਖੁਸ਼ਪ੍ਰੀਤ ਕੌਰ। ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਇੱਕ ਵਾਰ ਮੁੜ ਤੋਂ ਭਾਸ਼ਾ ਵਿਭਾਗ ਸਰਗਰਮ ਹੋਇਆ। ਭਾਸ਼ਾ ਵਿਭਾਗ ਨੇ ਸਾਰੇ ਜ਼ਿਲ੍ਹੇ ਅਫਸਰਾਂ ਦੇ ਜਿੰਨੇ ਵੀ ਭਾਸ਼ਾ ਅਫਸਰ ਨੇ ਉਹਨਾਂ ਨੂੰ ਇੱਕ ਪੱਤਰ ਜਾਰੀ ਕਰਕੇ ਕਿਹਾ ਗਿਆ ਕਿ ਜਿਹੜੀਆਂ ਹਦਾਇਤਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਸੀ, ਉਹਨਾਂ ਹਦਾਇਤਾਂ ਦੀ ਪਾਲਣਾ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਕਰਵਾਈ ਜਾਵੇ। ਯਾਨੀ ਕਿ ਇਹ ਚੀਜ਼ ਕਹੀ ਗਈ ਹੈ ਕਿ ਜੇਕਰ ਕਿਸੇ ਨੇ ਆਪਣੀ ਦੁਕਾਨ ਜਾਂ ਫਿਰ ਕਿਸੇ ਵੀ ਦਫ਼ਤਰ ਦਾ ਬੋਰਡ ਪੰਜਾਬੀ ਭਾਸ਼ਾ ਦੇ ਵਿੱਚ ਨਾ ਲਾਇਆ ਤਾਂ ਉਸਨੂੰ 1000 ਰੁਪਇਆ ਜੁਰਮਾਨਾ ਹੋਵੇਗਾ, ਅਤੇ ਜੇਕਰ ਮੁੜ ਤੋਂ ਉਹੀ ਸ਼ਿਕਾਇਤ ਆਉਂਦੀ ਹੈ ਤਾਂ ਫਿਰ ਜੁਰਮਾਨਾ 2000 ਹੋਵੇਗਾ। ਯਾਨੀ ਪਹਿਲੀ ਵਾਰ ਹਦਾਇਤਾਂ ਦੀ ਉਲੰਘਣਾ ਕਰਨ 'ਤੇ 1000 ਰੁਪਇਆ ਜੁਰਮਾਨਾ ਭਰਨਾ ਪਵੇਗਾ ਅਤੇ ਦੂਜੀ ਵਾਰ ਹਦਾਇਤਾਂ ਦੀ ਉਲੰਘਣਾ ਕਰਨ 'ਤੇ 2000 ਰੁਪਇਆ ਜੁਰਮਾਨਾ ਭਰਨਾ ਪਵੇਗਾ। ਪਿਛਲੇ ਸਾਲ ਸਰਕਾਰ ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਜਿੰਨੇ ਵੀ ਬੋਰਡ ਪੂਰੇ ਪੰਜਾਬ 'ਚ ਲੱਗੇ ਨੇ, ਫਿਰ ਭਾਵੇਂ ਉਹ ਸਰਕਾਰੀ ਦਫ਼ਤਰ, ਨਿੱਜੀ ਦਫ਼ਤਰ ਜਾਂ ਫਿਰ ਕਿਸੇ ਵੀ ਦੁਕਾਨ ਦਾ ਬੋਰਡ, ਕਿਸੇ ਵੀ ਤਰ੍ਹਾਂ ਦਾ ਬੋਰਡ ਕਿਉਂ ਨਾ ਹੋਵੇ, ਉਹ ਬੋਰਡ ਪੰਜਾਬੀ ਦੇ ਵਿੱਚ ਹੋਣਗੇ। ਪਰ ਸਰਕਾਰ ਦੇ ਉਸ ਨੋਟਿਸ ਤੋਂ ਬਾਅਦ ਵੀ ਦੁਕਾਨਾਂ ਦੇ ਬੋਰਡ ਨਹੀਂ ਬਦਲੇ, ਹਾਲਾਂਕਿ ਕੁਝ ਕੁ ਦੁਕਾਨ ਵਾਲਿਆਂ ਨੇ ਆਪੋ ਆਪਣੇ ਬੋਰਡ ਜਿਹੜੇ ਨੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਲਾਏ, ਪਰ ਬਹੁਤਿਆਂ ਨੇ ਪੰਜਾਬੀ ਭਾਸ਼ਾ ਨੂੰ ਤਰਜੀਹ ਨਹੀਂ ਦਿੱਤੀ, ਜਿਸ ਤੋਂ ਬਾਅਦ ਮੁੜ ਤੋਂ ਹੁਣ ਭਾਸ਼ਾ ਵਿਭਾਗ ਸਰਗਰਮ ਹੋਇਆ ਅਤੇ ਉਹਨਾਂ ਕਿਹਾ ਕਿ ਜਿਸ ਕਿਸੇ ਨੇ ਵੀ ਇਹਨਾਂ ਹਦਾਇਤਾਂ ਦੀ ਉਲੰਘਣਾ ਕੀਤੀ ਉਸਨੂੰ ਜੁਰਮਾਨਾ ਭਰਨਾ ਪਵੇਗਾ। ਅਤੇ ਇਸੇ ਨੂੰ ਲੈ ਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਹਰਪ੍ਰੀਤ ਕੌਰ ਵੱਲੋਂ ਸਮੂਹ ਜ਼ਿਲ੍ਹਾ ਅਫਸਰ ਭਾਸ਼ਾ ਅਫਸਰਾਂ ਨੂੰ ਇੱਕ ਪੱਤਰ ਜਾਰੀ ਕਰਦਿਆਂ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ 'ਚ ਨਾਮ ਬੋਰਡ ਲਿਖਣ ਦੀਆਂ ਸਰਕਾਰ ਦੀਆਂ ਹਦਾਇਤਾਂ ਅਤੇ ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰਨ 'ਤੇ ਕੀਤੀ ਜੁਰਮਾਨੇ ਦੀ ਵਿਵਸਥਾ ਤੋਂ ਜਾਣੂ ਕਰਵਾਉਣ ਦੀ ਗੱਲ ਕਹੀ ਗਈ ਹੈ। ਪੰਜਾਬ ਸਰਕਾਰ ਵੱਲੋਂ ਸਮੂਹ ਸਰਕਾਰੀ, ਅਰਧ ਸਰਕਾਰੀ, ਨਿੱਜੀ ਦਫ਼ਤਰ ਅਤੇ ਜਿੰਨੇ ਵੀ ਅਦਾਰੇ ਨੇ ਸੜਕਾਂ ਦੇ ਨਾਮ, ਦਿਸ਼ਾ ਸੂਚਕ ਬੋਰਡ, ਪੰਜਾਬੀ ਭਾਸ਼ਾ 'ਚ ਲਿਖੇ ਜਾਣ ਦੀਆਂ ਜਾਰੀ ਹਦਾਇਤਾਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ 'ਚ ਲਾਗੂ ਕਰਵਾਇਆ ਜਾ ਰਿਹਾ, ਉਹਨਾਂ ਇਹ ਚੀਜ਼ ਕਹੀ ਹੈ। ਅਤੇ ਨਾਲ ਹੀ ਉਹਨਾਂ ਨੇ ਲੋਕਾਂ ਤੋਂ ਇੱਕ ਤਰੀਕੇ ਦੇ ਨਾਲ ਸਹਿਯੋਗ ਵੀ ਮੰਗਿਆ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵਜੋਂ ਇਹ ਕੰਮ ਜ਼ਰੂਰ ਕਰੀਏ। ਇਸ ਸੰਬੰਧੀ ਪੂਰੀ ਜਾਣਕਾਰੀ ਉਹਨਾਂ ਦਿੱਤੀ ਹੈ। ਜ਼ਿਲ੍ਹਾ ਅਫਸਰ ਇੰਦਰ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਪੰਜਾਬੀ ਭਾਸ਼ਾ 'ਚ ਨਾਮ ਬੋਰਡ ਲਿਖੇ ਜਾਣ ਦੀਆਂ ਸਰਕਾਰੀ ਹਦਾਇਤਾਂ ਬਾਰੇ ਸਮੂਹ ਅਦਾਰਾ ਮਾਲਕਾਂ ਅਤੇ ਦੁਕਾਨਦਾਰਾਂ ਨੂੰ ਜਾਣਕਾਰੀ ਦੇਣ ਲਈ ਸਮੇਂ-ਸਮੇਂ 'ਤੇ ਪ੍ਰੇਰਣਾ ਜਾਗਰੂਕਤਾ ਮੁਹਿੰਮ ਚਲਾਈਆਂ ਜਾ ਰਹੀਆਂ ਨੇ ਅਤੇ ਇਸੇ ਦੇ ਨਾਲ ਮੀਡੀਆ ਰਾਹੀਂ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਅਤੇ ਇਸੇ ਦੇ ਨਾਲ ਉਹਨਾਂ ਇਹ ਵੀ ਕਿਹਾ ਕਿ ਪੰਜਾਬੀ ਭਾਸ਼ਾ 'ਚ ਲਿਖਣ ਦੀਆਂ ਹਦਾਇਤਾਂ ਨੂੰ ਪ੍ਰਭਾਵੀ ਰੂਪ 'ਚ ਲਾਗੂ ਕਰਵਾਉਣ ਦੇ ਲਈ ਸਰਕਾਰ ਨੇ ਕਿਰਤੀ ਵਿਭਾਗ ਦੇ ਐਕਟ, ਪੰਜਾਬ ਰਾਜ ਦੁਕਾਨਾਂ ਅਤੇ ਵਪਾਰਕ ਸਥਾਪਨਾ ਪਹਿਲੀ ਤਰਮੀਮ ਨਿਗਮ 2023 ਰਾਹੀਂ ਨਾਮ ਬੋਰਡ ਪੰਜਾਬੀ ਭਾਸ਼ਾ 'ਚ ਨਾ ਲਿਖਣ ਵਾਲੇ ਅਦਾਰਿਆਂ ਨੂੰ ਜੁਰਮਾਨਾ ਲਾਉਣ ਦੀ ਵਿਵਸਥਾ ਕੀਤੀ ਹੈ। ਅਤੇ ਉਹਨਾਂ ਕਿਹਾ ਕਿ ਇਸ ਵਿਵਸਥਾ ਅਨੁਸਾਰ ਪਹਿਲੀ ਵਾਰ ਉਲੰਘਣਾ ਕਰਨ 'ਤੇ 1000 ਰੁਪਏ ਅਤੇ ਦੂਜੀ ਵਾਰ ਉਲੰਘਣਾ ਕਰਨ 'ਤੇ 2000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਸੋ ਇੱਕ ਤਰੀਕੇ ਦੇ ਨਾਲ ਸਹਿਯੋਗ ਜਿਹੜਾ ਉਹ ਮੰਗਿਆ ਗਿਆ ਲੋਕਾਂ ਦਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਲੋਕ ਵੀ ਸਹਿਯੋਗ ਦੇਣ, ਆਪੋ ਆਪਣੀਆਂ ਦੁਕਾਨਾਂ ਜਾਂ ਫਿਰ ਸੜਕਾਂ ਦੇ ਬੋਰਡ, ਜਿੱਥੇ ਕਿਤੇ ਵੀ ਪੂਰੇ ਪੰਜਾਬ 'ਚ ਕੋਈ ਵੀ ਬੋਰਡ ਲੱਗਾ ਹੋਵੇ ਉਹ ਬੋਰਡ ਪੰਜਾਬੀ ਭਾਸ਼ਾ ਦੇ ਵਿੱਚ ਹੋਣਾ ਚਾਹੀਦਾ। ਜੇਕਰ ਕੋਈ ਬੰਦਾ ਅੰਗਰੇਜ਼ੀ ਅਤੇ ਹਿੰਦੀ 'ਚ ਲਿਖਣਾ ਚਾਹੁੰਦਾ ਤਾਂ ਉਹ ਪਹਿਲਾਂ ਉੱਤੇ ਪੰਜਾਬੀ ਵਿੱਚ ਲਿਖੇ ਅਤੇ ਫਿਰ ਉਸ ਤੋਂ ਹੇਠਾਂ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਵੀ ਲਿਖ ਸਕਦਾ ਹੈ।